ਆਪਣਾ ਕਦੋਂ ਹੋਇਆ ਸੀ ਤੁਹਾਡਾ ਆਪਰੇਸ਼ਨ? 14 ਦਸੰਬਰ ਨੂੰ ਜੀ, ਲਾਸਟ ਈਅਰ। 4 ਮਹੀਨੇ ਹੋ ਗਏ ਸਮਝ ਲਓ, ਹੈ ਨਾ। ਭਾਰ ਘਟਿਆ ਤੁਹਾਡਾ 22 ਕਿਲੋ? ਹਾਂਜੀ। ਠੀਕ ਆ, ਅਤੇ ਕੀ ਖਾ ਲੈਂਦੇ ਹੋ ਤੁਸੀਂ? ਇੱਕ ਰੋਟੀ ਇੱਕ ਟਾਈਮ 'ਤੇ ਕਿ ਦੋ ਰੋਟੀਆਂ ਇੱਕ ਟਾਈਮ 'ਤੇ? ਦੋ ਰੋਟੀਆਂ ਖਾ ਲੈਂਦੇ। ਦੋ ਖਾ ਲੈਂਦੇ ਹਾਂ। ਹਾਂ, ਅੱਛਾ, ਇੱਕ ਟਾਈਮ 'ਤੇ ਨਾਲ ਫਰੂਟ, ਨਾਲ ਫਰੂਟ, ਦੁਪਹਿਰ ਨੂੰ ਫਰੂਟ। ਵੈਰੀ ਗੁੱਡ। ਲੀਟਰ ਆਪਣਾ ਅੱਧਾ ਪੌਣਾ ਲੀਟਰ ਲੱਸੀ। ਤੁਸੀਂ ਨੌਨ ਵੈਜ ਵਗੈਰਾ ਖਾ ਲੈਂਦੇ ਹੋ? ਸਭ ਕੁਛ ਖਾ ਲੈਂਦੇ ਹਾਂ। ਨੌਨ ਵੈਜ ਕਰ ਬੈਟਰ ਹੈ ਖਾਣਾ, ਠੀਕ ਹੈ। ਕੀ ਤੁਹਾਨੂੰ ਫਾਇਦਾ ਕੀ ਲੱਗਦਾ ਇਹਦਾ? ਫਾਇਦਾ ਜੀ, ਕੀ ਫਾਇਦਾ ਹੋਇਆ ਤੁਹਾਨੂੰ? ਫਾਇਦਾ ਐਨਰਜੀ ਆਈ ਇਹਦੇ। ਐਨਰਜੀ ਆਈ ਹੈ? ਆਈ ਹੈ। ਐਨਰਜੀ ਨਹੀਂ ਆਈ? ਪਹਿਲਾਂ ਕੀ ਲੱਗਦਾ ਸੀ ਵੀ ਐਨਰਜੀ? ਪਹਿਲਾਂ ਥੱਕ ਜਾਂਦਾ ਯਾਰ, ਥੱਕ ਜਾਂਦੇ ਸੀ। ਘਰਾੜੇ ਬਹੁਤ, ਘਰਾੜੇ ਬਿਲਕੁਲ ਨਹੀਂ ਹੈਗਾ ਹੁਣ। ਜਿਹੜੇ ਘਰਾੜੇ, ਘਰਾੜਿਆਂ ਦੀ ਆਕਸੀਜਨ ਕਾਫੀ ਘਟਦੀ ਸੀ ਤੁਹਾਡੇ ਰਿਕਾਰਡ, ਉਹ ਠੀਕ ਹੋ ਗਈ। ਉਹ ਦੈਟਸ ਦ ਮੋਸਟ, ਇਹਨਾਂ ਜਿਹੜੀ ਬਿਗੈਸਟ ਐਡਵਾਂਟੇਜ ਤੁਹਾਨੂੰ ਹੋਈ ਆ ਆਕਸੀਜਨ ਦੀ, ਘਰਾੜੇ ਜਿਹੜੇ ਗਾਇਬ ਹੋਏ ਤੁਹਾਡੇ, ਕਿਉਂਕਿ ਰਾਤ ਨੂੰ ਆਪਾਂ ਸੁਣਦੇ ਸੁੱਤੇ ਪਏ ਜੀ, ਸਾਹ ਰੁਕ ਗਿਆ, ਕੀ ਉਹ ਇਹ ਬਿਮਾਰੀ ਡੇਂਜਰਸ ਬਿਮਾਰੀ ਆ ਮੁੰਡੇ ਮਰੇ। ਜਿਹੜਾ ਇਸ ਆਪਰੇਸ਼ਨ ਦੀ ਮੇਨ ਐਡਵਾਂਟੇਜ ਹੈ ਨਾ, ਇਹ ਫੈਲਦਾ ਬਹੁਤ ਘੱਟ ਆ। ਪੁਰਾਣੀਆਂ ਟੈਕਨੀਕਸ ਦੇ ਵਿੱਚ ਇਹ ਹੁੰਦਾ ਸੀ, ਪਹਿਲਾਂ ਤਾਂ ਪੇਸ਼ੈਂਟ ਬਹੁਤ ਹੀ ਥੋੜ੍ਹਾ ਖਾਂਦਾ ਸੀ, ਬਾਅਦ 'ਚ ਇੰਨਾ ਇੰਨਾ ਖਾਣ ਲੱਗ ਜਾਂਦਾ ਸੀ ਪੂਰਾ ਹੀ, ਉਹ ਫੈਲ ਜਾਂਦਾ ਸੀ। ਇਹਦਾ ਹੁਣ ਤੁਹਾਨੂੰ ਦਿਖਾਉਣਾ ਜਿਹੜਾ ਆਪਰੇਸ਼ਨ ਜਦੋਂ ਤੁਹਾਡਾ ਕੀਤਾ, ਹਫ਼ਤੇ ਬਾਅਦ ਆਪਾਂ ਬੇਰੀਅਮ ਕਰਦੇ ਨਾ, ਦਵਾਈ ਪਲਾਈ ਹੋਣੀ ਐਕਸਰੇ, ਜਿਹੜਾ ਉਹ ਐਕਸਰੇ ਕੀਤਾ ਤੇ ਜਿਹੜਾ ਅੱਜ ਕੀਤਾ, ਉਹਨੂੰ ਆਪਾਂ ਕੰਪੇਅਰ ਕਰਕੇ ਦੇਖਦੇ ਹਾਂ। ਤਕਰੀਬਨ 19 ਅਰੇ ਅਸੀਂ ਦੇਖਦੇ ਹਾਂ 10 ਸਾਲ ਬਾਅਦ ਵੀ ਇੱਦਾਂ ਹੀ। ਇਸ ਇਹ ਵਾਲਾ ਜਿਹੜਾ ਡਿਜ਼ਾਈਨਿੰਗ ਦੀ ਇਹ ਬਿਊਟੀ ਹੈ, ਕਿਉਂਕਿ ਇਹਦਾ ਮੂੰਹ ਖੁੱਲ੍ਹਾ ਰੱਖਿਆ ਹੋਇਆ ਆਪਾਂ ਨੇ, ਤਾਂ ਹੀ ਤੁਹਾਨੂੰ ਉਲਟੀ ਨਹੀਂ ਆਉਂਦੀ। ਉਲਟੀ ਨਹੀਂ ਆਉਂਦੀ, ਜਿਵੇਂ ਦਹੀਂ ਜ਼ਰੂਰ ਖਾਇਆ ਕਰੋ, ਦਹੀਂ, ਪਨੀਰ, ਲੱਸੀ ਜ਼ਿਆਦਾ, ਉਹ ਲੀਟਰ ਦੇ ਪੀ ਜਾਂਦੇ ਆ ਰਾਤ ਨੂੰ, ਚੱਕ ਜ਼ਰੂਰ, ਉਹ ਸਫੀਸ਼ੀਐਂਟ ਆ ਫਿਰ। ਇਹਨਾਂ ਦੀ ਫੋਟੋ ਦੇਖਿਓ ਕਿੰਨਾ ਫਰਕ ਪਿਆ ਕਰ ਦਿੰਦਾ, ਬਹੁਤ ਹੀ। ਬਸ ਇਹ ਤਾਂ ਮਹੀਨੇ 4 ਹੋਇਆ, ਤੁਸੀਂ ਸਾਲ ਬਾਅਦ ਆਓਗੇ, ਸਾਲ ਬਾਅਦ ਆਓਗੇ, ਪਾਸਪੋਰਟ ਨਵਾਂ ਬਣੂਗਾ ਫਿਰ। ਠੀਕ ਹੈ ਡਾਕਟਰ ਸਾਹਿਬ, ਥੈਂਕ ਯੂ।